ਤੁਸੀਂ ਸਾਡੇ ਸਾਰੇ ਵੀਡੀਓ ਦੇ ਵਿੱਚ ਦੇਖਿਆ ਹੋਣਾ, ਅਸੀਂ ਕਹਿੰਦੇ ਹਾਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਵਾਈ ਵੀ ਆਰ ਯੂਜ਼ਿੰਗ ਦੀਜ਼ ਵਰਡਸ ਫੀਸ ਆਫਟਰ ਵੀਜ਼ਾ? ਜੇ ਇੰਨਾ ਹੀ ਸੌਖਾ ਵਾ ਤਾਂ ਸਾਰੇ ਕਿਉਂ ਨਹੀਂ ਕਰ ਲੈਂਦੇ? ਕਿੱਦਾਂ ਹੁੰਦਾ ਵਾ ਫੀਸ ਆਫਟਰ ਵੀਜ਼ਾ? ਅਸੀਂ ਕਿਉਂ ਇਸ ਟਰਮੀਨੋਲੋਜੀ ਨੂੰ ਯੂਜ਼ ਕਰਦੇ ਹਾਂ? ਡਿਟੇਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰੂੰਗਾ। ਵਾਈ ਫੀਸ ਆਫਟਰ ਵੀਜ਼ਾ? ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕਿਉਂ? ਇੱਕ ਮਜ਼ਦੂਰ ਸਵੇਰੇ 9 ਵਜੇ ਤੁਸੀਂ ਲੈ ਕੇ ਆਉਂਦੇ ਹੋ, ਸ਼ਾਮ ਨੂੰ 6 ਵਜੇ ਤੱਕ ਉਹ ਦਿਹਾੜੀ ਲਾਉਂਦਾ, ਕੰਮ ਖਤਮ ਹੋਣ ਤੋਂ ਬਾਅਦ ਉਹਨੂੰ ਮਜ਼ਦੂਰੀ ਮਿਲਦੀ ਹੈ। ਜਦੋਂ ਵੀ ਕੋਈ ਕੰਮ ਕੀਤਾ ਜਾਂਦਾ ਵਾ, ਕੰਮ ਦੀ ਸ਼ੁਰੂਆਤ ਹੁੰਦੀ ਹੈ, ਕੰਮ ਦੇ ਖਤਮ ਹੋਣ 'ਤੇ ਪੈਸੇ ਮਿਲਦੇ ਆ। ਤੁਸੀਂ ਨੌਕਰੀ ਕਰਦੇ ਹੋ, 30 ਦਿਨ ਕੰਮ ਕਰਦੇ ਹੋ, ਫਿਰ 31ਵੇਂ ਦਿਨ ਜਾ ਕੇ ਪੈਸੇ ਮਿਲਦੇ ਆ। ਇੱਕ ਰਿਕਸ਼ੇ ਵਾਲਾ ਤੁਹਾਨੂੰ ਸਟੇਸ਼ਨ ਤੋਂ ਬੱਸ ਸਟੈਂਡ ਤੋਂ ਲੈ ਕੇ ਘਰ ਛੱਡਦਾ, ਫਿਰ ਆਪਦੀ ਮਜ਼ਦੂਰੀ ਲੈਂਦਾ। ਬੜਾ ਦੁੱਖ ਲੱਗਦਾ ਵਾ ਜਦੋਂ ਕਿਸੇ ਦੇ ਪੈਸੇ ਖਰਾਬ ਹੁੰਦੇ ਆ। ਕਿਉਂ ਅਸੀਂ ਇਹ ਪਾਲਿਸੀ ਸ਼ੁਰੂ ਕੀਤੀ? ਅੱਜ ਹਜ਼ਾਰਾਂ ਹੀ ਬੱਚੇ ਨੇ ਪੰਜਾਬ ਦੇ ਵਿੱਚ ਜਿਹੜੇ ਠੱਗੇ ਜਾਂਦੇ ਨੇ। ਜੀ ਹਾਂ, ਇਹਨੂੰ ਠੱਗਣਾ ਹੀ ਕਿਹਾ ਜਾਂਦਾ ਜਦੋਂ ਕਿਸੇ ਕੋਲੋਂ ਬਿਨਾਂ ਕੰਮ ਹੋਇਆ 10-20 ਹਜ਼ਾਰ ਰੁਪਇਆ ਲੈ ਲਿੱਤਾ ਜਾਂਦਾ। ਵਾਈ ਵੀ ਆਰ ਚਾਰਜਿੰਗ ਆਫਟਰ ਵੀਜ਼ਾ? ਕਿਉਂਕਿ ਅਸੀਂ ਕੰਮ ਕਰਾਉਣਾ ਵਾ, ਅਸੀਂ ਵੀਜ਼ਾ ਲਵਾਉਣਾ ਵਾ। ਸਾਡੀ ਕੰਪਨੀ ਦੀ ਪਾਲਿਸੀ ਹੈ ਕੰਮ ਕਰਾਇਆ ਜਾਏ, ਵੀਜ਼ਾ ਲਵਾਇਆ ਜਾਏ। ਚੰਦ ਲੋਕ ਨੇ ਜਿਹੜੇ ਵੀਜ਼ਾ ਲਵਾਉਣ ਦਾ ਕੰਮ ਕਰਦੇ ਨੇ, ਜ਼ਿਆਦਾ ਲੋਕਾਂ ਦਾ ਕੰਮ ਤੁਹਾਡੇ ਕੋਲੋਂ ਪੈਸੇ ਐਡਵਾਂਸ ਲੈਣਾ। ਵੈਨ ਵੀ ਯੂਜ਼ ਦਿਸ ਵਰਡ ਫੀਸ ਆਫਟਰ ਵੀਜ਼ਾ, ਦੇਰ ਆਰ 2 ਮੈਨੀ ਡਿਫਰੈਂਟ ਟਾਈਪਸ ਆਫ ਫੀਸਿਸ। ਆਫਰ ਲੈਟਰ ਦੀ ਫੀਸ, ਬੰਦਾ ਕਹਿੰਦਾ ਮੈਨੂੰ ਆਫਰ ਲੈਟਰ ਦੀ ਫੀਸ ਦੇ ਦਿਓ। ਪ੍ਰੋਸੈਸਿੰਗ ਫੀਸ, ਐਡਮਿਨਿਸਟ੍ਰੇਸ਼ਨ ਫੀਸ, ਐਡਮਿਸ਼ਨ ਫੀਸ, ਨਾਮ ਜਿੰਨੇ ਮਰਜ਼ੀ ਰੱਖ ਦਿਓ। ਇੱਕ ਜੱਟ ਜ਼ਿਮੀਂਦਾਰ ਬੰਦਾ ਜਿਹਨੇ ਆਪਦਾ ਬੱਚਾ ਬਾਹਰ ਪੈਸੇ ਕਮਾਉਣ ਲਈ ਭੇਜਣਾ, ਸੈਟਲ ਕਰਨ ਲਈ ਭੇਜਣਾ, ਉਹ ਕਹਿੰਦਾ ਮੇਰੇ ਕੋਲ ਪੈਸੇ ਲੈ ਲਓ ਯਾਰ, ਮੇਰਾ ਜਵਾਕ ਬਾਹਰ ਭੇਜ ਦਿਓ। ਭੁੱਖੇ ਨੂੰ ਰੋਟੀ ਚਾਹੀਦੀ ਹੁੰਦੀ, ਜੇ ਤੁਸੀਂ ਕਿਸੇ ਦੀ ਜ਼ਰੂਰਤ ਪੂਰੀ ਕਰੋ, ਪੈਸੇ ਅਗਲਾ ਆਪੇ ਦੇ ਦਿੰਦਾ। ਅਸੀਂ ਅੱਜ ਤੋਂ 4-4.5 ਸਾਲ ਪਹਿਲਾਂ ਕੰਪਲੀਟਲੀ ਇਸ ਪਾਲਿਸੀ 'ਤੇ ਆ ਗਏ ਕਿ ਜੇ ਵੀਜ਼ਾ ਨਹੀਂ ਲੱਗਾ ਤਾਂ ਅਸੀਂ ਪੈਸੇ ਨਹੀਂ ਲੈਣੇ। ਪਿਛਲੇ 4.5 ਸਾਲ ਤੋਂ ਅਸੀਂ ਕਿਸੇ ਕੋਲੋਂ ਵੀ ਕੋਈ ਪੈਸਾ ਨਹੀਂ ਲਿਆ। ਕੀ ਮਿਲਿਆ ਸਾਨੂੰ ਇੰਨਾ ਕੁਛ ਕਰਕੇ? ਹਾਂ, ਅਸੀਂ 5-7 ਹਜ਼ਾਰ ਲੋਕਾਂ ਨੂੰ ਬਾਹਰ ਭੇਜਤਾ, ਸਾਨੂੰ ਐਪਰੀਸੀਏਸ਼ਨ ਮਿਲੀਆਂ। ਅਸੀਂ ਲੋਕਾਂ ਦੀ ਚੁਆਇਸ ਬਣਨਾ ਸ਼ੁਰੂ ਹੋ ਗਿਆ ਸੀ, ਲੋਕਾਂ ਦੀ ਲਾਸਟ ਚੁਆਇਸ ਹੁੰਦੇ ਸੀ। ਸਾਡੇ ਕੋਲ ਰਿਫਿਊਜ਼ਲ ਤੋਂ ਬਾਅਦ ਕਲਾਇੰਟ ਆਉਂਦਾ ਸੀ, ਅੱਜ ਫਰੈਸ਼ ਬੱਚਾ ਵੀ ਸਾਡੇ ਕੋਲ ਆਉਂਦਾ ਪਿਆ। ਲੋਕ ਡਰਦੇ ਨੇ ਕਿ ਲੋਕਡਾਊਨ 'ਚ ਮੇਰਾ ਪੈਸਾ ਨਾ ਖਰਾਬ ਹੋ ਜਾਵੇ। ਪਿਛਲੇ 3 ਮਹੀਨਿਆਂ ਤੋਂ ਕੋਈ ਚੁਣਿੰਦਾ ਲੋਕ ਹੋਣਗੇ ਜਿਨ੍ਹਾਂ ਨੇ ਪੈਸੇ ਕਮਾਏ ਹੋਣਗੇ। ਅੱਜ 1 ਲੱਖ ਰੁਪਇਆ ਕਮਾਉਣਾ 1 ਕਰੋੜ ਰੁਪਇਆ ਕਮਾਉਣ ਦੇ ਬਰਾਬਰ ਹੋ ਚੁੱਕਾ। ਕਿਸੇ ਨੂੰ ਕੋਲ ਨਿਕਲ ਸਵੇਰੇ ਘਰੋਂ, ਜਾ ਕੇ ਆਪਣੇ ਕਾਰੋਬਾਰ ਦੇ ਵਿੱਚ ਆਪਣਾ ਕੰਮ ਕਰ ਅਤੇ ਪੈਸੇ ਕਮਾ ਕੇ ਦਿਖਾ। ਇਟ ਇਜ਼ ਗੈਟਿੰਗ ਵੈਰੀ ਟਫ ਨਾਓ ਡੇਜ਼ ਟੂ ਅਰਨ ਮਨੀ। ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ, ਆਪਦੇ ਪੈਸੇ ਸਾਂਭ ਕੇ ਰੱਖਿਓ। ਉਂਗਲਾਂ ਚੱਕਣੀਆਂ ਬੜੀਆਂ ਸੌਖੀਆਂ ਹੁੰਦੀਆਂ, ਲੋਕ ਸਾਨੂੰ ਠੱਗ ਕਹਿੰਦੇ ਆ। ਮੈਂ ਨਹੀਂ ਸਾਰਿਆਂ ਦੀ ਗੱਲ ਕਰਦਾ, ਬੜੇ ਚੰਗੇ ਲੋਕ ਵੀ ਨੇ। ਡਿਜੀਟਲ ਮੀਡੀਆ 'ਤੇ ਕਿਸੇ ਨੂੰ ਗਾਲ ਕੱਢਣੀ ਬੜੀ ਸੌਖੀ ਹੁੰਦੀ ਹੈ। ਜੇ ਕੋਈ ਤੁਹਾਨੂੰ ਗਾਲ ਕੱਢੇ ਕੀ ਹੋਊਗਾ ਤੁਹਾਡਾ? ਕੋਈ ਤੁਹਾਨੂੰ ਗਾਲਾਂ ਕੱਢੇ, ਮੰਦਾ ਬੋਲੇ, ਕੀ ਕਰੋਗੇ ਉਹਦਾ ਤੁਸੀਂ? ਜਦੋਂ ਮੈਂ 4.5 ਸਾਲ ਤੋਂ ਪੈਸਾ ਲਿਆ ਨਹੀਂ, ਪੈਸਾ ਅਸੀਂ ਲੈਂਦੇ ਨਹੀਂ, ਕੰਮ ਕਰਾ ਕੇ ਅਸੀਂ ਪੈਸੇ ਲੈਣਾ, ਅਤੇ ਕਿੱਦਾਂ ਕੋਈ ਤੁਸੀਂ ਠੱਗ ਮੰਨ ਸਕਦੇ ਹੋ ਕਿਸੇ ਨੂੰ? ਇਹ ਕੌਣ ਲੋਕ ਨੇ? ਅੱਜ 10 ਹਜ਼ਾਰ ਤੋਂ ਵੱਧ ਲੋਕਾਂ ਦੇ ਕੋਲ ਪੰਜਾਬ 'ਚ ਲਾਇਸੈਂਸ ਹੈ। ਇਹ ਸਾਰੇ 10 ਹਜ਼ਾਰ ਨੂੰ ਕਿਉਂ ਨਹੀਂ ਕਹਿੰਦੇ ਪੈਸੇ ਆਫਟਰ ਵੀਜ਼ਾ? ਹਰ ਕਿਸੇ ਦੀ ਆਪਦੀ ਪਾਲਿਸੀ ਹੈ। ਕੋਈ ਵੈਸ਼ਨੋ ਹੁੰਦਾ ਵਾ, ਕੋਈ ਵੈਸ਼ਨੋ ਨਹੀਂ ਹੁੰਦਾ। ਹਰ ਕਿਸੇ ਦੀ ਆਪਦੀ ਚੁਆਇਸ ਹੈ, ਆਪਦਾ ਤਰੀਕਾ ਕੰਮ ਕਰਨ ਦਾ। ਅਸੀਂ ਆਪਣੇ ਪੈਸੇ ਬਾਅਦ 'ਚੋਂ ਲੈਣੇ ਆ, ਅਸੀਂ ਕਾਲਜ ਦੀ ਫੀਸ ਵੀ ਬਾਅਦ 'ਚੋਂ ਦਿਵਾਉਣੀ ਹੈ, ਅਸੀਂ ਆਫਰ ਲੈਟਰ ਦੀ ਫੀਸ ਨਹੀਂ ਲੈਣੀ, ਅਸੀਂ ਕਿਸੇ ਵੀ ਤਰ੍ਹਾਂ ਦੇ ਕੋਈ ਪੈਸੇ ਨੂੰ ਹੱਥ ਨਹੀਂ ਲਾਉਣਾ।
ਅੱਜ ਜਿੱਥੇ ਇੱਕ ਰੁਪਈਆ ਕਮਾਉਣਾ ਔਖਾ ਹੋਇਆ ਦਾ ਵਾ ਇਹੋ ਜਿਹੇ ਮੌਕੇ ਲੋਕ ਕਿੱਥੇ ਵਿਸ਼ਵਾਸ ਕਰਦੇ ਨੇ ਜਿੱਥੇ ਪੈਸੇ ਨਹੀਂ ਦਿੱਤੇ ਜਾਣੇ। ਸਾਡੇ ਤੇ ਐਲੀਗੇਸ਼ਨ ਲੱਗਦੇ ਜੀ ਪ੍ਰਾਈਵੇਟ ਕਾਲਜ ਚ ਭੇਜਦੇ ਆ, ਹਾਂ ਕਿਸੇ ਦੇ ਬੰਦੂਕ ਰੱਖ ਕੇ ਨਹੀਂ ਭੇਜਦੇ। ਇੱਕ ਬੰਦਾ ਤਿੰਨ ਵਾਰੀ ਚਾਰ ਵਾਰੀ ਗੌਰਮੈਂਟ ਕਾਲਜ ਤੋਂ ਰਿਫਿਊਜ਼ ਹੋ ਗਿਆ, ਦੋ ਚਾਰ ਪੰਜ ਲੱਖ ਰੁਪਇਆ ਖਰਾਬ ਕਰ ਲਿਆ, ਜੇ ਚੌਥੀ ਵਾਰੀ ਪ੍ਰਾਈਵੇਟ ਕਾਲਜ ਦਾ ਵੀਜ਼ਾ ਲੱਗ ਗਿਆ ਕਿਹੜਾ ਬੰਬ ਡਿੱਗ ਗਿਆ, ਕਿਹੜੀ ਛੱਤ ਡਿੱਗੀ ਤੁਹਾਡੇ ਘਰ ਦੀ ਜੇ ਤੁਹਾਡਾ ਪ੍ਰਾਈਵੇਟ ਕਾਲਜ ਦਾ ਵੀਜ਼ਾ ਲੱਗ ਗਿਆ। ਕਨੇਡਾ ਦਾ ਵੀਜ਼ਾ ਜ਼ਰੂਰੀ ਹੈ, ਉੱਥੇ ਜਾਓਗੇ ਸਪਨੇ ਸਾਕਾਰ ਹੋਣੇ ਆ। ਕਿਹੜਾ ਕਾਨੂੰਨ ਕਹਿੰਦਾ ਕਾਲਜ ਚੇਂਜ ਨਹੀਂ ਹੁੰਦਾ? ਕੌਣ ਕਹਿੰਦਾ ਵਾ ਕਿ ਤੁਸੀਂ ਇੱਕ ਕਾਲਜ 'ਚ ਚਲੇ ਗਏ ਤੁਸੀਂ ਸਾਰੀ ਜ਼ਿੰਦਗੀ ਉਸੇ ਕਾਲਜ 'ਚ ਪੜ੍ਹਨਾ? ਤੁਸੀਂ ਇੱਕ ਸਮੈਸਟਰ ਪੜ੍ਹੋ, ਦੋ ਸਮੈਸਟਰ ਪੜ੍ਹੋ, ਸਾਲ ਪੜ੍ਹ ਕੇ ਦੋ ਕਾਲਜ ਆਪਣਾ ਚੇਂਜ ਕਰ ਲਓ ਕਿ ਜਿੰਨੇ ਬੱਚੇ ਸਰਕਾਰੀ ਕਾਲਜਾਂ 'ਚ ਜਾਂਦੇ ਆ ਕਿ ਉਹਨਾਂ 'ਚ ਹੀ ਪੜ੍ਹਦੇ? 70% ਤੋਂ ਵੱਧ ਬੱਚੇ ਕਾਲਜ ਚੇਂਜ ਕਰਦੇ ਆ ਕੈਨੇਡਾ ਦਾ। ਅਸੀਂ ਵੀਜ਼ਾ ਦਾ ਕੰਮ ਕਰਦੇ ਹਾਂ, ਵੀ ਆਰ ਵੀਜ਼ਾ ਕੰਸਲਟੈਂਟ। ਤੁਹਾਡਾ ਵੀਜ਼ਾ ਨਹੀਂ ਲੱਗਾ, ਯੂ ਆਰ ਅਵਰ ਕਲਾਇੰਟ। ਤੁਸੀਂ ਪੈਸੇ ਖਰਾਬ ਹੋਣ ਤੋਂ ਡਰਦੇ ਹੋ, ਤੁਸੀਂ ਸਾਡੇ ਗਾਹਕ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਡਾਊਟ ਹੈ ਵੀਜ਼ੇ ਨਾਲ ਸੰਬੰਧਿਤ, ਤੁਹਾਨੂੰ ਲੱਗਦਾ ਵਾ ਕਿ ਤੁਸੀਂ ਆਇਲਸ ਨਹੀਂ ਕੀਤੀ ਹੋਈ, ਤੁਹਾਡੇ 2 ਚ 5.5 ਹੈ, ਤੁਸੀਂ PTE ਕੀਤੀ ਹੈ, ਕਿੱਦਾਂ ਜਾਓਗੇ? ਆਇਲਸ ਨੂੰ ਉਡੀਕਦੇ ਹਾਂ, ਕਦੋਂ ਆਇਲਸ ਸੈਂਟਰ ਖੁੱਲਣਗੇ, ਕਦੋਂ ਆਇਲਸ ਦਾ ਪੇਪਰ ਹੋਏਗਾ? ਮਈ ਇਨਟੇਕ ਲੰਘ ਗਿਆ, ਸਤੰਬਰ ਲੰਘ ਜਾਣਾ, ਜਨਵਰੀ ਫਿਰ ਆ ਜਾਣਾ, ਤੁਹਾਡੀ ਆਇਲਸ ਨਹੀਂ ਹੋਣੀ। ਜਿਹੜੇ ਸਟੂਡੈਂਟਸ ਇਹ ਉਡੀਕਦੇ ਨੇ ਅਸੀਂ ਆਈਲੈਟ ਕਰਕੇ ਜਾਵਾਂਗੇ, ਉਹਨਾਂ ਨੂੰ ਮੈਨੂੰ ਇੱਕੋ ਹੀ ਸਵਾਲ ਦਾ ਜਵਾਬ ਦਿਓ ਕਿ ਤੁਹਾਡੇ ਕੋਲ ਜਵਾਬ ਹੈਗਾ ਕੋਰੋਨਾ ਵਾਇਰਸ ਕਦੋਂ ਖਤਮ ਹੋਏਗਾ? ਜੇ ਇਸ ਚੀਜ਼ ਦਾ ਜਵਾਬ ਨਹੀਂ ਹੈਗਾ ਨਾ, ਤੇ ਵੀ ਸਮਝ ਲਓ ਫਿਰ ਆਈਲੈਟ ਵੀ ਨਹੀਂ ਜੀ ਹੁੰਦੀ। ਚੀਜ਼ਾਂ ਖਰਾਬ ਹੋ ਰਹੀਆਂ ਅੱਗੇ ਨਾਲੋਂ। ਜਿਹੜੇ ਬੱਚਿਆਂ ਨੇ 2 ਮਹੀਨੇ ਪਹਿਲਾਂ ਫਾਈਲਾਂ ਅਪਲਾਈ ਕੀਤੀਆਂ ਸੀਗੀਆਂ ਔਨਲਾਈਨ, ਅੱਜ ਉਹ ਤੁਹਾਡੇ ਤੋਂ ਅੱਗੇ ਨੇ। ਤੁਸੀਂ ਕੱਲ੍ਹ ਅਪਲਾਈ ਕਰ ਲਓਗੇ, ਪਰਸੋਂ ਕਰ ਲਓਗੇ, ਲਾਈਨ ਦੇ ਵਿੱਚ ਲੱਗੀ ਜਾ ਰਹੇ ਹੋ। ਫਸਟ ਕਮ ਫਸਟ ਸਰਵਿਸ ਹੋਣੀ ਹੈ। ਤੁਸੀਂ ਵੀਜ਼ੇ ਨੂੰ ਉਡੀਕਦੇ ਹੋ, ਅੰਬੈਸੀ 'ਚ ਫਾਈਲ ਜਾਊਗੀ, ਵੀਜ਼ਾ ਆਊਗਾ। ਲੋਕ ਕਹਿੰਦੇ ਅੰਬੈਸੀ ਕਿਹੜੀ ਖੁੱਲ੍ਹੀ ਹੈ? ਜਿਹੜਾ ਬੰਦਾ ਕਹਿੰਦਾ ਕਿਹੜੀ ਅੰਬੈਸੀ ਖੁੱਲ੍ਹੀ, ਉਹਨਾਂ ਕੋਲ ਦਿਮਾਗ ਲਾ, ਕਿਹੜੀ ਅੰਬੈਸੀ ਬੰਦ ਹੋਈ ਸੀ? ਪਿਛਲੇ 2 ਸਾਲ ਤੋਂ ਕੈਨੇਡਾ ਅੰਬੈਸੀ ਵੀਜ਼ਾ ਹੀ ਔਨਲਾਈਨ ਦਿੰਦੀ ਹੈ, ਪਿਛਲੇ 2 ਸਾਲ ਤੋਂ ਪ੍ਰੋਸੈਸਿੰਗ ਹੀ ਔਨਲਾਈਨ ਹੁੰਦੀ ਵੀ ਹੈ। ਹੁਣ ਮੈਂ ਕੋਈ ਫਾਈਲ ਲੈ ਕੇ ਸ਼ਤਾਬਦੀ 'ਚ ਬਹਿ ਕੇ ਥੋੜ੍ਹੀ ਜਾਣਾ ਦਿੱਲੀ ਤੁਹਾਡੀਆਂ ਫਾਈਲਾਂ ਜਮ੍ਹਾਂ ਕਰਾਉਣ ਵਾਸਤੇ। ਇੱਥੇ ਸੜਕਾਂ ਵੀ ਬੰਦ ਨੇ, ਟ੍ਰੇਨਾਂ ਵੀ ਬੰਦ ਨੇ, ਬੱਸਾਂ ਵੀ ਬੰਦ ਨੇ। ਸਾਡਾ ਕੰਮ ਤੁਹਾਡਾ ਵੀਜ਼ਾ ਲਵਾਉਣਾ, ਟਰਾਈ ਟੂ ਅੰਡਰਸਟੈਂਡ। ਕਈ ਤਰ੍ਹਾਂ ਦੇ ਲੋਕ ਮਿਲਣਗੇ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਸਾਰੇ ਲੋਕ ਬਹੁਤ ਵਧੀਆ, ਤੁਹਾਡੇ ਲਈ ਕੀ ਵਧੀਆ? ਹਸਪਤਾਲ ਕਿੰਨੇ ਖੁੱਲ੍ਹੇ ਹੁੰਦੇ ਆ, ਸਾਰੇ ਹਸਪਤਾਲਾਂ ਦੇ ਵਿੱਚ ਤੁਸੀਂ ਕਿਉਂ ਨਹੀਂ ਜਾਂਦੇ ਇਲਾਜ ਕਰਾਉਣ? ਚੁਣਿੰਦਾ ਹਸਪਤਾਲਾਂ 'ਚ ਕਿਉਂ ਜਾਂਦੇ ਹੋ? ਜਿੱਥੇ ਕਿਸੇ ਦਾ ਵਿਸ਼ਵਾਸ ਹੁੰਦਾ ਨਾ, ਉੱਥੇ ਬੰਦਾ ਜਾਂਦਾ। ਜਦੋਂ ਪੈਸਾ ਲੈਣਾ ਹੀ ਨਹੀਂ, ਪੈਸਾ ਲੈਣਾ ਬਾਅਦ 'ਚੋਂ ਕੰਮ ਕਰਾ ਕੇ ਲੈਣਾ, ਫਿਰ ਤਾਂ ਤੁਹਾਨੂੰ ਕੋਈ ਵਹਿਮ ਨਹੀਂ ਨਾ ਹੋਣਾ ਚਾਹੀਦਾ। ਦਫ਼ਤਰ ਅਸੀਂ ਨਹੀਂ ਖੋਲ੍ਹ ਰਹੇ, ਔਨਲਾਈਨ ਪ੍ਰੋਸੈਸਿੰਗ ਕਰਦੇ ਪਏ ਹਾਂ। ਈਮੇਲ ਦੇ ਉੱਤੇ, ਵਟਸਐਪ 'ਤੇ, ਫੋਨ 'ਤੇ 3 ਰਸਤੇ ਆ ਜਿਨ੍ਹਾਂ ਦੇ ਨਾਲ ਤੁਸੀਂ ਸਾਡੇ ਤੱਕ ਪਹੁੰਚ ਸਕਦੇ ਹੋ। ਜਿਨ੍ਹਾਂ ਨੇ ਸਾਡੇ ਕੋਲੋਂ ਵੀਜ਼ਾ ਲਵਾਉਣਾ, ਜਿਹਨੇ ਸਾਡੇ ਸਰਵਿਸ ਲੈਣੀ, ਉਹਨੇ ਸਾਨੂੰ ਆਪੇ ਲੱਭ ਲੈਣਾ। ਇਹ ਮੈਸੇਜ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਦਿਮਾਗ 'ਚ ਵਹਿਮ ਭਰਿਆ ਹੋਇਆ। ਕੀ ਵਹਿਮ ਹੈ? ਪੈਸੇ ਬਾਅਦ 'ਚੋਂ ਕਿਉਂ, ਪਹਿਲਾਂ ਕਿਉਂ ਨਹੀਂ? ਤੁਸੀਂ ਦੇ ਦਿਓ ਪਹਿਲਾਂ ਪੈਸੇ, ਪਹਿਲਾਂ ਪੈਸੇ ਦੇ ਕੇ ਕੁਝ ਨਹੀਂ ਲੱਭਣਾ, ਵੀਜ਼ਾ ਤਾਂ ਅੰਬੈਸੀ ਨੇ ਦੇਣਾ। ਜਿਸ ਕਾਲਜ ਨੂੰ ਪੈਸੇ ਦਿੱਤੇ, ਕੱਲ੍ਹ ਨੂੰ ਉਹ ਕਾਲਜ ਬੰਦ ਹੋ ਗਿਆ। ਫਿਰ ਆਸਟ੍ਰੇਲੀਆ ਦੇ ਵਿੱਚ ਲਾ ਟ੍ਰੋਪ ਯੂਨੀਵਰਸਿਟੀ ਬੰਦ ਹੋਣ 'ਤੇ ਕਗਾਰ 'ਤੇ ਆ ਗਈ। ਕਿਉਂ? ਕਿਉਂਕਿ ਪੈਸਾ ਨਹੀਂ ਹੈ। ਇੰਟਰਨੈਸ਼ਨਲ ਐਜੂਕੇਸ਼ਨ, ਜਿਹੜਾ ਬੱਚਾ ਪੜ੍ਹਨ ਆਉਂਦਾ ਉਹਦੇ ਪੈਸੇ ਮਿਲਦੇ ਆ, 4 ਗੁਣਾ ਜ਼ਿਆਦਾ ਪੈਸੇ ਆ। ਉਹਨਾਂ ਪੈਸਿਆਂ ਦੇ ਨਾਲ ਸਰਕਾਰਾਂ ਚੱਲਦੀਆਂ, ਉਹਨਾਂ ਪੈਸਿਆਂ ਦੇ ਨਾਲ ਸਰਕਾਰਾਂ ਦੇ ਕਾਲਜ ਯੂਨੀਵਰਸਿਟੀਆਂ ਚੱਲਦੇ ਆ। ਟਰਾਈ ਟੂ ਅੰਡਰਸਟੈਂਡ, ਅਸੀਂ ਤੁਹਾਡੇ ਵਾਸਤੇ ਵਪਾਰ ਕਰਦੇ ਹਾਂ। ਜੇ ਤੁਹਾਡਾ ਵੀਜ਼ਾ ਲੱਗਣਾ ਤਾਂ ਸਾਡੀ ਰੋਟੀ ਚੱਲਣੀ ਹੈ, ਅਦਰਵਾਈਜ਼ ਤੁਸੀਂ ਸਾਨੂੰ ਕੋਈ ਪੈਸਾ ਨਹੀਂ ਦਿੱਤਾ। ਮਾਫ਼ੀ ਚਾਹਾਂਗਾ ਜੇ ਕਿਸੇ ਬਾਰੇ ਗਲਤ ਬੋਲਿਆ ਗਿਆ ਹੋਵੇ। ਮੇਰਾ ਮਕਸਦ ਤੁਹਾਨੂੰ ਸਮਝਾਉਣਾ ਸੀ ਫੀਸ ਆਫਟਰ ਵੀਜ਼ਾ ਕਿੱਦਾਂ ਹੁੰਦੀ ਹੈ। ਜਿੱਦਾਂ ਅਸੀਂ ਪੈਸੇ ਬਾਅਦ 'ਚੋਂ ਲੈਂਦੇ ਹਾਂ, ਇੱਦਾਂ ਕੈਨੇਡਾ ਦੇ ਕਾਲਜ ਵੀ ਸਾਡੇ ਕੋਲੋਂ ਪੈਸੇ ਬਾਅਦ 'ਚੋਂ ਲੈਂਦੇ ਆ।
इस करके घबराओ ना, जिन्नी जल्दी हुंदा अप्लाई करो। जिन्हां नूं डाउट है कमेंट बॉक्स लिखो, मैं तुहाडे कमेंटां दे जवाब दूंगा। धन्यवाद।